ਜੀ ਇਸ ਮੋਟਰ ਤਲਵੰਡੀ ਸਾਬੋ ਤੋਂ ਬਹੁਤ ਭਰਾ ਮੈਸੇਜ ਕਰ ਰਹੇ ਸੀ ਆਪਣੇ ਕੋਲ ਸਵਿਫਟ ਕਾਰ ਚਾਹੀਦੀ ਹੈ, ਸਵਿਫਟ ਕਾਰ ਚਾਹੀਦੀ ਆ ਸਾਰੇ ਭਰਾਵਾਂ ਡਿਮਾਂਡ 'ਤੇ ਆਪਾਂ ਲੈ ਕੇ ਆ ਚੁੱਕੇ ਹਾਂ ਜੀ ਸਵਿਫਟ 14 ਮਾਡਲ, ਜਿਹੜੀ ਕਿ ਹੈਗੀ ਆ VDI ਕਾਰ ਦੀ ਕੰਡੀਸ਼ਨ ਬਹੁਤ ਹੀ ਵਧੀਆ ਪਈ ਆ। ਸੋ ਜਿਹੜੇ ਭਰਾ ਨੇ ਇਹ ਵਾਲੀ ਗੱਡੀ ਲੈਣੀ, ਸਕਰੀਨ 'ਤੇ ਆਪਣਾ ਨੰਬਰ ਚੱਲ ਰਿਹਾ, ਤੁਸੀਂ ਕਾਰ ਬੁੱਕ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜਿਹੜੀ ਕਾਰ ਦੀ ਕੰਡੀਸ਼ਨ ਆਪਾਂ ਚਾਰੇ ਸਾਈਡਾਂ ਚੈੱਕ ਕਰਵਾਵਾਂਗੇ, ਅਲਾਈ ਵੀਲ ਕਾਰ ਦੇ ਵਿੱਚ ਪਾਏ ਹੋਏ ਨੇ, ਬਹੁਤ ਹੀ ਸੋਹਣੀ ਕੰਡੀਸ਼ਨ ਦੀ ਕਾਰ ਹੈ, ਚਾਰੇ ਸਾਈਡਾਂ ਤੋਂ ਚੈੱਕ ਕਰਵਾਵਾਂਗੇ, ਨਾਲ ਨਾਲ ਜਿਹੜਾ ਕਾਰ ਦਾ ਆਪਾਂ ਇੰਜਨ ਰੂਮ ਵੀ ਚੈੱਕ ਕਰਵਾਵਾਂਗੇ। ਸੋ ਜਿਹੜੇ ਭਰਾ ਨੇ ਇਹ ਵਾਲੀ ਗੱਡੀ ਲੈਣੀ, ਤੁਸੀਂ ਆ ਸਕਦੇ ਹੋ GS ਮੋਟਰ ਤਲਵੰਡੀ ਸਾਬੋ। ਬਾਕੀ ਇਹ ਵਾਲੀ ਗੱਡੀ ਦੀ ਮੇਨ ਖਾਸੀਅਤ ਕੀ ਹੈ ਜੀ, ਇਹ ਗੱਡੀ ਹੈਗੀ ਆ ਬਹੁਤ ਘੱਟ ਪੈਸਿਆਂ ਵਾਲੀ, ਅਤੇ ਤੁਸੀਂ ਦੇਖ ਸਕਦੇ ਹੋ HR ਨੰਬਰ ਹੈ 24 ਦੇ 12ਵੇਂ ਮਹੀਨੇ 'ਚ ਨਿਕਲੀ ਹੈ, ਜਾਣੀ ਕਿ ਆਪਾਂ ਕਹਿ ਸਕਦੇ ਹਾਂ 15 ਮਾਡਲ ਦੀ ਗੱਡੀ ਮੰਨ ਸਕਦੇ ਹਾਂ। ਕਾਰ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਪਈ ਆ। ਸੋ ਜਿਹੜੇ ਵੀ ਭਰਾ ਨੇ ਬਹੁਤ ਭਰਾ ਆਪਣੇ ਮੈਸੇਜ ਕਰਦੇ ਸੀ ਵੀ ਆਪਣੇ ਇੱਕ ਉੱਚਾ ਮਾਡਲ ਗੱਡੀ ਚਾਹੀਦੀ ਹੈ ਸਵਿਫਟ, ਅਤੇ ਆਪਣੇ ਕੋਲ ਹਰਣਾ ਨੰਬਰ ਗੱਡੀ ਜਿਹੜੀ ਪਹੁੰਚ ਚੁੱਕੀ ਹੈ ਜੀ, ਬਹੁਤ ਹੀ ਘੱਟ ਜਿਹੜਾ ਅੱਜ ਦਾ ਆਪਣਾ ਰੇਟ ਰਹਿਣ ਵਾਲਾ। ਸੋ ਜਿਹੜੇ ਵੀ ਪੁਰਾਣੇ ਵਾਲੀ ਗੱਡੀ ਲੈਣੀ ਹੈ, ਸਕਰੀਨ 'ਤੇ ਆਪਣਾ ਨੰਬਰ ਚੱਲ ਰਿਹਾ, ਤੁਸੀਂ ਕਾਰ ਬੁੱਕ ਕਰ ਸਕਦੇ ਹੋ। ਨਾਲ ਦੀ ਨਾਲ ਆਪਾਂ ਕਾਰ ਨੂੰ ਇੰਟੀਰੀਅਰ ਵੀ ਚੈੱਕ ਕਰਵਾ ਦਿੰਦੇ ਹਾਂ, ਕਾਰ ਦਾ ਇੰਟੀਰੀਅਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਦੀ ਨਾਲ। ਜਿੱਦਾਂ ਹੀ ਕਾਰ ਬਾਹਰੋਂ ਸਾਫ਼ ਪਈ ਹੈ, ਉੱਦਾਂ ਹੀ ਕਾਰ ਜਿਹੜੀ ਅੰਦਰੋਂ ਸਾਫ਼ ਪਈ ਹੈ, ਬਹੁਤ ਚੰਗੀ ਕੰਡੀਸ਼ਨ ਦੀ ਕਾਰ ਜਿਹੜੀ ਆਪਣੇ ਕੋਲ ਪਹੁੰਚ ਚੁੱਕੀ ਹੈ ਜੀ। ਅਤੇ ਸਾਰੇ ਭਰਾਵਾਂ ਨੂੰ ਦੱਸਦੀ ਕਾਰ ਜਿਹੜੀ ਚੱਲੀ ਬਹੁਤ ਘੱਟ ਹੋਈ ਹੈ, ਇਹ ਕੁਛ ਸਵਿੱਚ ਔਨ ਕਰਕੇ ਆਪਾਂ ਚੈੱਕ ਕਰਵਾ ਦਿੰਦੇ ਹਾਂ। ਕਾਰ ਜਿਹੜੀ ਚੱਲੀ ਹੈ ਜੀ ਕੁੱਲ ਇਹ 97,000 ਕਿਲੋਮੀਟਰ ਕਾਰ ਚੱਲੀ ਆ। ਬਾਕੀ ਤੁਸੀਂ ਡੋਰ ਵਗੈਰਾ ਚੈੱਕ ਕਰ ਸਕਦੇ ਹੋ, ਸਾਰੀਆਂ ਚੀਜ਼ਾਂ ਨਹੀਂ ਆਪਾਂ ਚੈੱਕ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਥੋੜ੍ਹਾ ਇਸ ਚੀਜ਼ ਤੋਂ ਆਪਾਂ ਨੂੰ ਆਈਡੀਆ ਹੋ ਜਾਂਦਾ ਵੀ ਜਿਹੜੀ ਗੱਡੀ ਬਹੁਤ ਘੱਟ ਚੱਲੀ ਆ। ਬਾਕੀ ਬ੍ਰੇਕਾਂ ਦੀਆਂ ਰਬੜਾਂ ਵਗੈਰਾ ਤੁਸੀਂ ਦੇਖ ਸਕਦੇ ਹੋ, ਬਿਲਕੁਲ ਜਿਹੜੀਆਂ ਸਾਫ਼ ਪਈਆਂ ਨੇ, ਗੱਡੀ ਘੱਟ ਚੱਲੀ ਆ, ਇਸ ਚੀਜ਼ ਤੋਂ ਥੋੜ੍ਹਾ ਜਿਹਾ ਆਪਣਾ ਆਈਡੀਆ ਹੋ ਜਾਂਦਾ। ਨਾਲ ਦੀ ਨਾਲ ਇੱਕ ਵਾਰੀ ਆਪਾਂ ਸਾਰੀ ਕਾਰ ਸਾਰੇ ਭਰਾਵਾਂ ਨੂੰ ਬਾਹਰੋਂ ਚੱਕ ਕੇ ਵੀ ਚੈੱਕ ਕਰਵਾ ਦਿੰਦੇ ਹਾਂ। ਇਸ ਸਾਈਡ ਤੋਂ ਤੁਸੀਂ ਕਾਰ ਜਿਹੜੀ ਚੈੱਕ ਕਰ ਸਕਦੇ ਹੋ, ਰੇਅਰ ਵਾਲੇ ਡੋਰਾਂ ਵੀ ਚੈੱਕ ਕਰ ਸਕਦੇ ਹੋ। ਆਹ ਸੀਟਾਂ ਵਗੈਰਾ ਕਾਰ ਦੀਆਂ ਬਿਲਕੁਲ ਸਾਫ਼ ਪਈਆਂ ਨੇ, ਘਰੇ ਸਮੀ ਹੋਈ ਕਾਰ ਹੈ, ਸਵਿਫਟ ਹੈ ਜੀ 2014 ਮਾਡਲ, VDI ਵੈਰੀਐਂਟ ਆ, ਚੈੱਕ ਤੁਸੀਂ ਕਰ ਸਕਦੇ ਹੋ। ਨਾਲ ਦੀ ਨਾਲ ਵੀਡੀਓ ਦੇ ਵਿੱਚ ਆਪਾਂ ਇਕੱਲੀ ਇਕੱਲੀ ਚੀਜ਼ ਚੈੱਕ ਕਰਵਾਵਾਂਗੇ। ਇੱਕ ਵਾਰੀ ਕਾਰ ਜਿਹੜਾ ਆਪਾਂ ਬੋਰਨ ਖੋਲ੍ਹ ਕੇ ਵੀ ਚੈੱਕ ਕਰਵਾ ਦਿੰਦੇ, ਨਾਲ ਨਾਲ ਕਾਰ ਆਪਾਂ ਸਟਾਰਟ ਵੀ ਕਰਕੇ ਦਿਖਾਵਾਂਗੇ। ਆਪਾਂ ਕਾਰ ਤੋਂ ਤੁਹਾਨੂੰ ਸਾਰੇ ਭਰਾਵਾਂ ਨੂੰ ਬੋਰਡ ਚੱਕ ਕੇ ਵੀ ਚੈੱਕ ਕਰਵਾ ਦਿੰਦੇ ਹਾਂ। ਬਾਕੀ ਇਸ ਸਾਈਡ ਤੋਂ ਤੁਸੀਂ ਕਾਰ ਨਾਲ ਦੀ ਨਾਲ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ, ਬਹੁਤ ਜਿਹੜੀ ਸਾਫ਼ ਕਾਰ ਪਈ ਆ। ਇਹ ਵਾਲੀਆਂ ਸਾਈਡਾਂ ਤੋਂ ਵੀ ਚੈੱਕ ਕਰ ਸਕਦੇ ਹੋ। ਨਾਲ ਦੀ ਨਾਲ ਕਾਰ ਮੈਂ ਸਾਰੇ ਭਰਾਵਾਂ ਨੂੰ ਇੱਕ ਵਾਰੀ ਜਿਹੜੀ ਸਟਾਰਟ ਵੀ ਕਰਕੇ ਚੈੱਕ ਕਰਵਾ ਦਿੰਦਾ। ਸੋ ਜਿਹੜੇ ਪੁਰਾਣੇ ਵਾਲੀ ਗੱਡੀ ਲੈਣੀ ਆ, ਸਕਰੀਨ 'ਤੇ ਆਪਣਾ ਨੰਬਰ ਚੱਲ ਰਿਹਾ, ਤੁਸੀਂ ਕਾਰ ਬੁੱਕ ਕਰ ਸਕਦੇ ਹੋ, ਤਲਵੰਡੀ ਸਾਬੋ ਆ ਵੀ ਸਕਦੇ ਹੋ ਜੇ ਕਾਰ ਕਿਸੇ ਭਰਾ ਨੇ ਦੇਖਣੀ ਹੋਵੇ। ਸਟਾਰਟਿੰਗ ਵਗੈਰਾ ਜਿਹੜੀ ਕਾਰ ਦੀ ਬਿਲਕੁਲ ਨੋਰਮਲੀ ਆ। ਬਾਕੀ ਇੱਕ ਵਾਰੀ ਤੁਹਾਨੂੰ ਮੈਂ ਜਿਹੜੀ ਗੇਅਰ ਕੱਢ ਕੇ ਚੈੱਕ ਕਰਵਾ ਦਿੰਦਾ। ਇੰਜਨ ਗੇਅਰ ਦੀ ਜਿਹੜੀ ਆਪਣੀ ਕਾਰ ਦੀ ਪੂਰੀ ਫੁੱਲ ਗਰੰਟੀ ਹੋਊ ਜੀ। ਇੰਜਨ ਗੇਅਰ ਦੀ ਆਪਣੀ ਕਾਰ ਦੀ ਫੁੱਲ ਗਰੰਟੀ ਹੋਊ। ਬਾਕੀ ਇਹ ਵਾਲੀਆਂ ਚੀਜ਼ਾਂ ਥੋੜ੍ਹਾ ਜਿਹਾ ਆਪਾਂ ਨੂੰ ਆਈਡੀਆ ਹੋ ਜਾਂਦਾ। ਦੇਖੋ ਬੰਪਰ ਵਗੈਰਾ ਤਾਂ ਨੋਰਮਲੀ ਹੁੰਦੇ ਜਿਹੜੇ ਕਾਰ ਦੇ ਪੇਂਟ ਹੁੰਦੇ ਨੇ, ਬਟ ਕਈ ਕਾਰਾਂ ਆਉਂਦੀਆਂ ਜਿਹੜੀਆਂ ਜ਼ਿਆਦਾ ਪੇਂਟ ਹੁੰਦੀਆਂ ਨੇ। ਬਟ ਆਪਾਂ ਸਾਰੇ ਭਰਾਵਾਂ ਨੂੰ ਇੱਕ ਪਹਿਲਾਂ ਦੱਸ ਦਿੰਦੇ ਹਾਂ ਵੀਡੀਓ ਦੇ ਵਿੱਚ, ਜੇ ਤੁਸੀਂ ਕਾਰ ਲੈਣੀ ਵੀ ਆ, ਤੁਸੀਂ ਕਿਸੇ ਨੂੰ ਮਰਜ਼ੀ ਨਾਲ ਲਿਆ ਕੇ ਕਾਰ ਚੈੱਕ ਕਰਵਾ ਕੇ ਵੀ ਲਿਜਾ ਸਕਦੇ ਹੋ, ਕੋਈ ਆਪਾਂ ਉਹਦੇ ਵਿੱਚ ਇਸ਼ੂ ਨਹੀਂ। ਬਾਕੀ ਇਹ ਘਰੇ ਸਮੇਂ ਹੋਈ ਕਾਰ ਹੈ ਜੀ, ਬਿਲਕੁਲ ਜਿਹੜੀ ਸਾਫ਼ ਕੰਡੀਸ਼ਨ ਦੀ ਕਾਰ ਹੈ। ਇੱਕ ਵਾਰੀ ਮੈਂ ਡਿੱਗੀ ਵੀ ਖੋਲ੍ਹ ਕੇ ਚੈੱਕ ਕਰਵਾ ਦਿੰਦਾ, ਨਾਲ ਨਾਲ ਜਿਹੜੀ ਟਾਇਰਾਂ ਦੀ ਕੰਡੀਸ਼ਨ ਉਹ ਵੀ ਚੈੱਕ ਕਰਵਾਵਾਂਗੇ। ਡਿੱਗੀ ਦੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ, ਬਿਲਕੁਲ ਸਾਫ਼ ਆ। ਇਸ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ।
ਡੈਸ਼ਬੋਰਡ ਵਗੈਰਾ ਜਿਹੜਾ ਬਿਲਕੁਲ ਸਾਫ਼ ਪਿਆ ਕਾਰ ਦਾ। ਲਾਈਟਾਂ ਵਗੈਰਾ ਚੈੱਕ ਕਰ ਸਕਦੇ ਹੋ। ਬਾਕੀ ਨਾਲ ਨਾਲ ਜਿਹੜੀ ਆਪਾਂ ਦੱਸ ਦਈਏ ਗੱਲਬਾਤ ਵੀ ਕਾਰ ਦੀ, ਆਪਾਂ ਨੂੰ NOC ਵੀ ਮਿਲ ਜੂ ਕਿਸੇ ਵੀ ਜਗ੍ਹਾ 'ਤੇ, ਤੁਸੀਂ ਜਿਹੜੀ NOC ਕਢਵਾ ਸਕਦੇ ਹੋ। ਬਾਕੀ ਤੁਸੀਂ ਕਾਰ ਜਿਹੜੀ ਚੈੱਕ ਕਰਕੇ ਲਿਜਾ ਸਕਦੇ ਹੋ, ਕਾਰ ਦੀ ਕੰਡੀਸ਼ਨ ਪੂਰੀ ਚੈੱਕ ਕਰ ਸਕਦੇ ਹੋ। ਸਟੈਂਡਿੰਗ ਜਿਹੜੀ ਕਾਰ ਦੀ ਬਹੁਤ ਹੀ ਜ਼ਿਆਦਾ ਵਧੀਆ ਪਈ ਆ, ਸਮੀ ਹੋਈ ਕਾਰ ਹੈ ਬਿਲਕੁਲ। ਸੋ ਜਿਹੜੇ ਵੀ ਭਰਾਣੇ ਵਾਲੀ ਗੱਡੀ ਲੈਣੀ ਆ, ਸਕਰੀਨ 'ਤੇ ਆਪਣਾ ਨੰਬਰ ਚੱਲ ਰਿਹਾ ਜੀ, ਤੁਸੀਂ ਤਲਵੰਡੀ ਸਾਬੋ ਆ ਸਕਦੇ ਹੋ। GS ਮੋਟਰਸ ਟਾਇਰ ਵਗੈਰਾ ਚੈੱਕ ਕਰ ਸਕਦੇ ਹੋ, ਰੇਅਰ ਵਾਲਾ ਟਾਇਰ ਵੀ ਦੇਖ ਸਕਦੇ ਹੋ। ਇੱਕ ਵਾਰੀ ਤੁਹਾਨੂੰ ਕਾਰ ਦਾ ਫਲੋਰ ਵੀ ਚੈੱਕ ਕਰਵਾ ਦਿੰਦੇ ਹਾਂ। ਆਪਾਂ ਇਕੱਲੀ ਇਕੱਲੀ ਚੀਜ਼ ਜਿਹੜੀ ਵੀਡੀਓ ਦੇ ਵਿੱਚ ਚੈੱਕ ਕਰਵਾਉਣੀ ਆ, ਸੋ ਜਿਹੜਾ ਵੀ ਭਰਾ ਇਹ ਵਾਲੀ ਗੱਡੀ ਲੈਣ ਆਵੇ ਤਾਂ ਆਪਣੀ ਵੀਡੀਓ ਤੁਸੀਂ ਪ੍ਰੋਪਰ ਚੈੱਕ ਕਰਕੇ ਆਇਓ। ਕਈ ਵਾਰ ਕੀ ਹੁੰਦਾ ਵੀ ਭਰਾ ਦੂਰੋਂ ਆ ਜਾਣ, ਹੈ ਨਾ, ਗੱਡੀ ਲੈਣ, ਉਹਨਾਂ ਨੂੰ ਆ ਕੇ ਲੱਗੇ ਵੀ ਸਾਨੂੰ ਤੁਸੀਂ ਇਹ ਚੀਜ਼ ਜਿਹੜੀ ਵੀਡੀਓ ਵਿੱਚ ਦਿਖਾਈ ਨਹੀਂ। ਆਪਣਾ ਮਕਸਦ ਕੀ ਆ ਵੀ ਆਪਾਂ ਜਿਹੜੀ ਇਕੱਲੀ ਇਕੱਲੀ ਚੀਜ਼ ਆ ਵੀਡੀਓ ਦੇ ਵਿੱਚ ਪਹਿਲਾਂ ਹੀ ਚੈੱਕ ਕਰਵਾ ਦਿੰਦੇ ਹਾਂ। ਰੇਅਰ ਵਾਲਾ ਟਾਇਰ ਸੀਗਾ ਜੀ, ਇਹ ਫਰੰਟ ਵਾਲਾ ਟਾਇਰ ਆ, ਇਹ ਫਲੋਰ ਚੈੱਕ ਕਰ ਸਕਦੇ ਹੋ। ਬਾਕੀ ਮਾਈਨਰ ਜਿਹੜੇ ਤੁਸੀਂ ਡੈਂਟਿੰਗ ਵਗੈਰਾ ਇੱਥੇ ਦੇਖ ਸਕਦੇ ਹੋ, ਥੋੜ੍ਹੇ ਥੋੜ੍ਹੇ ਜਿਹੜੇ ਕਿ ਨੋਰਮਲੀ ਕਾਰਾਂ ਦੇ ਵਿੱਚ ਹੁੰਦੇ ਨੇ। ਬਾਕੀ ਸ਼ੀਸ਼ੇ ਵਗੈਰਾ ਚੈੱਕ ਕਰ ਸਕਦੇ ਹੋ। ਇਹ ਵਾਲੀ ਕਾਰ ਜਿਹੜੀ ਹੈਗੀ ਹੈ ਜੀ 2014 ਮਾਡਲ ਹੈ ਗੱਡੀ, ਅਤੇ ਕਾਰ ਦੇ ਰੇਟ ਦੀ ਗੱਲਬਾਤ ਕਰੀਏ ਜੀ, ਕਾਰ ਦਾ ਰੇਟ ਹੈਗਾ ਕੁੱਲ ਹੀ 2,80,000 ਰੁਪਈਆ। ਕੁੱਲ ਹੀ 2,80,000 ਰੁਪਏ ਦੇ ਵਿੱਚ ਤੁਸੀਂ ਜਿਹੜੀ 14 ਮਾਡਲ ਕਾਰ ਲਿਜਾ ਸਕਦੇ ਹੋ। AC ਵਗੈਰਾ ਬਿਲਕੁਲ ਚਿਲਡ ਹੈ ਕਾਰ ਦਾ, ਕੋਈ ਪ੍ਰੋਬਲਮ ਨਹੀਂ ਕਾਰ ਦੇ ਵਿੱਚ। ਬਾਕੀ ਸਟੈਂਡਿੰਗ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ। ਇੱਕ ਵਾਰੀ ਆਪਾਂ ਕਾਰ ਥੋੜ੍ਹੀ ਜਿਹੀ ਚਲਾ ਕੇ ਵੀ ਚੈੱਕ ਕਰਾ ਦਿੰਦੇ ਹਾਂ। ਬਾਕੀ ਤੁਸੀਂ ਕਾਰ ਆਪਾਂ ਇੱਕ ਵਾਰੀ ਚਲਾ ਕੇ ਵੀ ਚੈੱਕ ਕਰਾ ਦਿੰਦੇ ਹਾਂ। ਇਹ ਸੀ ਸਵਿਫਟ ਗੱਡੀ 2014 ਮਾਡਲ, ਕਾਰ ਦਾ ਰੇਟ ਹੈਗਾ 2,80,000 ਰੁਪਈਆ। ਜਿਹੜੀ ਪੁਰਾਣੀ ਵਾਲੀ ਗੱਡੀ ਲੈਣੀ ਆ, ਆਪਾਂ ਸਾਰੀ ਜਿਹੜੀ ਵੀਡੀਓ ਵਿੱਚ ਕਾਰ ਚੈੱਕ ਕਰਵਾ ਚੁੱਕੇ, ਤੁਸੀਂ ਕਾਰ ਲਿਜਾ ਸਕਦੇ ਹੋ। ਉਮੀਦ ਕਰਦੇ ਸਾਰੇ ਭਰਾ ਨੂੰ ਵੀਡੀਓ ਚੰਗੀ ਲੱਗੇ, ਵੀਡੀਓ ਚੰਗੀ ਲੱਗੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਜ਼ਰੂਰ ਕਰਿਓ ਜੀ। ਨਾਲ ਨਾਲ ਜਿਹੜਾ ਆਪਣਾ ਪੇਜ ਆ GS ਮੋਟਰ ਤਲਵੰਡੀ ਸਾਬੋ, ਇਹਨੂੰ ਕਰ ਲਓ ਸਬਸਕ੍ਰਾਈਬ, ਤਾਂ ਕਿ ਆਪਣੀ ਹਰ ਇੱਕ ਵੀਡੀਓ ਸਾਰੇ ਭਰਾਵਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਤਾਂ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ, ਤਦ ਤੱਕ ਸਤਿ ਸ਼੍ਰੀ ਅਕਾਲ।